ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਮੁੰਡੇ ਦੇ ਵਿਆਹ ਦੀਆਂ ਤੁਸੀਂ ਵਧਾਈਆਂ ਦਿੱਤੀਆਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤਾਂ ਖਾਸ ਤੌਰ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆ ਕੇ ਅਰਦਾਸ ਵੀ ਕੀਤੀ। ਜਿਹੜੀ ਅਰਦਾਸ ਵਿਆਹ ਤੋਂ ਬਾਅਦ ਹੁੰਦੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ, ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਨੂੰ ਸੱਚੀ ਦੱਸਦਾ, ਮੇਰੇ ਕੋਲ ਤੁਹਾਡੇ ਇੱਕ ਪੱਤਰਕਾਰ ਹੀ ਬੈਠੇ ਸੀ, ਪੱਤਰਕਾਰ ਦਾ ਨਹੀਂ ਅਖਬਾਰ ਦੇ ਮਾਲਕ ਨੇ। ਤਾਂ ਉਹਨਾਂ ਨੂੰ ਮੈਂ ਅਰਦਾਸ ਤੋਂ ਬਾਅਦ ਬੈਠਦੇ ਸਾਰੇ ਕਿਹਾ ਕਿ ਯਾਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਗਰੀਬ ਦੇ ਘਰ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ ਮੇਰੇ ਬੇਟੇ ਲਈ। ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ, ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਵਧਾਈ ਦਿੱਤੀ, ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵਧਾਈ ਦਿੱਤੀ। ਅਸੀਂ ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਹੀ ਨਹੀਂ ਦਿੰਦੇ ਹੁਣ। ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ, ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਸਾਰੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਚ ਬੁਲਾਇਆ। ਉੱਥੇ ਆਨੰਦ ਕਾਰਜ ਹੋਏ ਹੈ, ਉੱਥੇ ਕੁੜੀ ਵਾਲੇ ਆ ਗਏ ਹੈ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਤੇ ਅਸੀਂ ਆਪਣੇ ਘਰ ਲੈ ਕੇ ਆਏ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਦੂਸਰਾ, ਅੱਜ ਅਸੀਂ ਤੁਹਾਨੂੰ ਸੱਦਿਆ ਹੈ ਇਸ ਕਰਕੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲੈਣ ਦੇ ਜਿਹੜੇ ਅੰਦਰ ਲੋਕ ਰਹਿੰਦੇ ਹੈ ਉਹਨਾਂ ਪਾਸ ਮਾਲਕੀ ਤੇ ਹੱਕ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਜਿਹਨਾਂ ਪਾਸ ਉਹੀ ਘਰ ਹੈ। ਜੇ ਮੁੰਡੇ ਨੇ ਕਿਤੇ ਕੋਈ ਕੰਮ ਕਰਨਾ ਤਾਂ ਗਿਰਵੀ ਰੱਖਣ ਨੂੰ ਕੁਛ ਹੈ ਨਹੀਂ, ਜਾਂ ਜੇ ਕਦੇ ਵੇਚਣਾ ਹੈ ਤਾਂ ਉਹਦੀ ਰਿਸ਼ਤੀ ਹੈ ਨਹੀਂ। ਮਿਊਂਸੀਪਲ ਕਮੇਟੀ ਵਾਲੇ ਉਹਨੂੰ ਆਪਣੇ ਕਾਂਗੜਿਆਂ ਚੜਾਉਂਦੇ ਆ, ਉੱਥੇ ਸਿਸਟਮ ਸਹੀ ਨਹੀਂ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲੈਣ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ, ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਕਿ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ ਲਾਲ ਲੈਣ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ, ਜਾਂ ਰਿਸ਼ਤੀਆਂ ਫਿਰ ਉੱਥੇ ਦਾਖਲ ਹੁੰਦੀਆਂ, ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ, ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਸੋ ਅੱਜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਇੰਨਾ ਹੀ ਤੁਹਾਨੂੰ ਅਸੀਂ ਦੱਸਣਾ ਕਿ ਅਸੀਂ ਇਹ ਸਕੀਮ, ਜੇ ਕੋਈ ਇਲੀਗਲ ਕਲੋਨੀ, ਮੇਰਾ ਘਰ ਮੇਰੇ ਨਾਮ, ਜੇ ਕੋਈ ਇਲੀਗਲ ਕਲੋਨੀ ਆਉਂਦੀ ਉਹ ਵੀ ਰੈਗੂਲਰਾਈਜ਼ ਹੋ ਜਾਏਗੀ? ਨਹੀਂ, ਦੇਖੋ ਫੇਰ ਗੱਲ ਸਮਝ ਲਓ, ਜਿਸ ਤਰ੍ਹਾਂ ਮੇਰਾ ਖਰੜ ਹੈ, ਮੈਂ ਖਰੜ ਦਾ ਰਹਿਣ ਵਾਲਾ ਹੈ। ਪਹਿਲਾਂ ਅਸੀਂ ਪਿੰਡ ਰਹਿੰਦੇ ਸੀ, ਪਿੰਡ ਲਾਲ ਲੈਣ ਦੇ ਅੰਦਰ ਸਾਡਾ ਘਰ ਸੀ, ਗਲੀ ਦੇ ਵਿੱਚ ਉੱਪਰ ਨੂੰ ਜਾ ਕੇ, ਉਹ ਮੇਰੇ ਬਾਪੂ ਦੇ ਨਾਮ ਨਹੀਂ ਹੈ, ਅੱਜ ਵੀ ਨਹੀਂ ਹੈ। ਇਸੇ ਤਰ੍ਹਾਂ ਚਾਹੇ ਕੋਈ ਵੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ, ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ ਹਾਂ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਜਿਹੜੀਆਂ ਕਲੋਨੀਆਂ ਬਾਹਰ ਵਸ ਰਹੀਆਂ ਉਹਨਾਂ ਦੀ ਗੱਲ ਨਹੀਂ ਹੈ, ਇਹ ਹੈਗੀ ਹੈ ਜਿਹੜੇ ਪੁਰਾਣੇ ਵਾਸੂ ਘਰ ਹੈ ਪਿੰਡਾਂ ਦੇ ਅੰਦਰ, ਉਹ ਉਹਨਾਂ ਦੇ ਨਾਮ ਨਹੀਂ ਹੈ, ਉਹਨਾਂ ਦੇ ਨਾਮ ਅਸੀਂ ਉਹ ਜ਼ਮੀਨਾਂ ਕਰ ਰਹੇ, ਉਹਨਾਂ ਦੀਆਂ ਕਰਕੇ ਰਿਸ਼ਤੀਆਂ ਤਿਆਰ ਕਰਕੇ ਉਹਨਾਂ ਦੀ ਸਨਦ ਬਣਾ ਕੇ ਉਹਨਾਂ ਨੂੰ ਦੇ ਰਹੇ। ਸਰ, ਮਿਸ਼ਨ ਲਾਲ ਲਕੀਰ ਦਾ ਹਿੱਸਾ ਜੀ? ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ, ਇਸ ਤਰ੍ਹਾਂ ਹੈ ਕਿ ਮਿਸ਼ਨ ਲਾਲ ਲਕੀਰ ਪਿੰਡਾਂ ਤੱਕ ਸੀਮਤ ਸੀ, ਅਸੀਂ ਅੱਜ ਸ਼ਹਿਰਾਂ ਤੱਕ ਵੀ ਇਹਨੂੰ ਕਰ ਰਹੇ ਹਾਂ। ਸੈਂਟਰ ਦੀ ਸਮਾਵਿਤ ਉਹ ਸਾਰੀ ਸਕੀਮ ਨੂੰ ਵਿੱਚ ਇਕੱਠੇ ਲੈ ਕੇ ਮੇਰਾ ਘਰ ਮੇਰਾ ਨਾਮ ਦੀ ਸਕੀਮ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਤੱਕ ਦੋਨਾਂ ਤੱਕ ਇਹਨੂੰ ਕਰ ਰਹੇ ਹਾਂ। ਜਿੰਨੇ ਵੀ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, 66% ਆਬਾਦੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ, 66% ਜੋ ਜ਼ਿਆਦਾ ਜ਼ਿਆਦਾ 6-7% ਲਾਲ ਲੈਣ ਤੇ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਰਹਿ ਰਹੇ। ਜਿਹੜੇ ਗਰੀਬ ਲੋਕ ਨੇ ਰਜਿਸਟਰੀ ਨਹੀਂ ਕਰਵਾ ਸਕਦੇ ਤੇ ਉਹਦਾ ਉਹ ਅਸੀਂ
आप सनत बना के देनी है, करा के नहीं सकते, पैसे कोई नहीं लग रहे, पैसा कोई नहीं लगना है, फ्री रजिस्ट्री होगी, थोड़ा क्लियर कर दो, कोई पैसे नहीं लगने जी, ऐसी ड्रोन दे नाल जिथे जिथे वो बैठे उन्होंने नक्शा तैयार कर देना है, नक्शा तैयार करके उन्होंने सनदान बना के उन्होंने नाम कर प्रॉपर्टी कार्ड मिलेंगे, प्रॉपर्टी की सनद बन के उन्होंने मतलब रजिस्ट्री उन्होंने प्रॉपर्टी की। देखो पहला पिंड किए मुझे शहर किए लोग ने एसोसिएट किया, उस बाद लाड फोन उस बाद होगा, एक छोटे मोटे पिंड आम चर्चा चर्चा विषय बनिया पे डिस्प्यूट होंगे ने बिल्कुल पंचायत न हल्का मुल्का ऑलरेडी बन गया जी, एसडीएम लेवल तक ही रखांगे, ज्यादा डिस्ट्रिक्ट लेवल तक नहीं है, जे किसी नूं साडा नक्शा जिहड़ा असीं बनाया ड्रोन दे नाल जिहड़ी असीं सनद दे रहे, जे किसी नूं प्रॉब्लम है तां 15 दिनां दे विच, पहला इह 3 महीने दे विच सी कि 3 महीने च दरखास्त दे सकदा, उस तों बाद कार्रवाई होजी, हुण असीं इह किहा कि असीं इक नक्शा ला देना है पिंड दे विच बना देना है, जे किसी नूं शिकायत है तां 15 दिनां दे विच विच उह शिकायत दूर कर दे अपनी उह दे दे ऑब्जेक्शन, 15 दिनां बाद ऑब्जेक्शन जे कोई नहीं आउंदा तां असीं अगले दे नाम करदे। बहुत ज्यादा जिहड़ा विवाद आ उह पंचायती जमीन दा हैगा, बहुत ज्यादा जिहड़े लोकां ने कब्जे आ उह पंचायती जमीनां च कीते हुंदे आ, उहनां दा जिहड़ा पंचायत दा झगड़ा चलदा उहनूं किवें लड़ोगे? देखो तुसीं फेर क्लीयर गल कर लो, लाल डोरे दे अंदर पंचायती जमीन उह सारा कुछ पंचायत दा ही है, पंचायती जमीना की जेहड़ी तुसी गल करदे हो लाल डोरे दे बाहर नंबर वालियां उहनां दा कोई झगड़ा नहीं। सीएम साहब पर जिहड़ी जिथे टोबिआं पर बहुत लोकां दे घर बणे, टोबिआं पर जिहड़ी आ उह ड्रोन सिस्टम दे नाल पंचायत दसेगी साडा टोबा किथे तक है, उत्थे तक उहनूं ईयर मार्क कर देगी। बजट रख लिया है, हर तरह दा इंतजाम है, बजट है, सब कुछ है, इहदे विच इक गल हैगी है कि एनआरआई जिहड़े भरा है एक तो मैं तुम दस दें बड़ी छेती उन्होंने प्रॉपर्टिया की रखवाली वास्ते एक एक्ट लेके आ रहे, वो आने वाले जो भी सैशन होगा तो वो आएगा। दूसरा एनआरआई की प्रॉपर्टी जी है गरदौरी के नाम चढ़ जाएगा फर्द के एनआरआई की प्रॉपर्टी है, उन्होंने छेड़िया नहीं जा सकेगा, उसकी कंसेंट तो बिना वो गरदौरी चेंज नहीं हो सकती, एक ऐसी एक्ट भी ये बारे लेके आ रहे। दूसरा पिंड के जो एनआरआई का घर है वो भी असी बाहरले देशां दे विच भी एक ऐड भेज रहे हैं कि जी हुण ड्रोन दे नाल ये सिस्टम चलिया है, मेरा घर मेरा मेरे नाम जिहड़ी स्कीम चली इहदे तहत हुण असीं सर्टिफिकेट बनाउणे आ, तुहानूं जे ऑब्जेक्शन है तां 15 दिनां दे विच करो, फिर भी असीं एनआरआई नूं इस तों ज्यादा टाइम दे दिंदे हां। देखो असली तां स्टेट नहीं इंप्लीमेंट करने हुंदियां, चाहे सेंटर दी भी स्कीम होवे, असल दे विच ओह शहरां तक सीमित नहीं सी, ओह पिंडां तक सीमित सी, शहरां विच भी असीं कर दित्ती है, असीं इहनूं होर मॉडिफाई कीता है, 15 दिनां तक लियाए आ असीं, इह 3 महीने दे विच काम नबेड़ना चाहुंदे। इक अगली गल मैं होर क्लीयर कर देवां कि असीं पिंडां दे विच बिजली दे जिहड़े 2 किलोवाट तक दे बिल माफ कीते आ, बकाए माफ कीते आ, उहदे विच कन्फ्यूजन है लोकां नूं, इह 2 किलोवाट तक चाहे जिस दा भी कनैक्शन हैगा उहदे सब दे बकाए माफ होए आ, कट ऑफ डेट चाहे उह किसे भी जाति दे नाल संबंधित है, इहदे विच जात बरादरी आ धर्म दा कोई उह नहीं है, जिहड़ा गरीब आ उह गरीब है चाहे उह किसे जात दा है, जिहदे पास छोटा जिहड़ा खपतकार है 2 किलोवाट तक दा उह किसे भी बरादरी दा है किसे भी धर्म दा है उह सब दे होए है। इहदे विच 52 लाख परिवार आए है, टोटल 72 लाख परिवारां चों जिन्हां नूं इह लाभ मिलना है। नोटिफिकेशन असीं कर रहे हैं, साडा इक फार्म बन गया है, उह फार्म 2 किलोवाट तक वाले लोग भरनगे जिन्हां दा बकाया माफ होना है, ਉਹਨਾਂ ਦਾ ਪੁਰਾਣਾ ਬਕਾਇਆ ਜਿਹੜਾ ਪਿਛਲੇ ਬਿੱਲ ਦੇ ਵਿੱਚ ਆਇਆ ਵਾ, ਫਿਰ ਕਲੀਅਰ ਕਰ ਦਵਾਂ, ਡੇਟ ਪੁੱਛ ਰਹੇ ਜਿਹੜਾ ਇਸ ਤੋਂ ਪਿਛਲਾ ਬਿੱਲ ਉਹਨਾਂ ਕੋਲ ਆ ਚੁੱਕਿਆ ਜਿਹੜਾ ਉਹਦੇ ਵਿੱਚ ਬਕਾਇਆ ਆਇਆ ਅਸੀਂ ਉਹ ਮਾਫ਼ ਕਰਦੇ। ਅਕਸਰ ਇਹ ਗੱਲ ਚੱਲ ਰਹੀ ਹੈ ਕਿ ਤੁਸੀਂ ਫੈਸਲੇ ਬਹੁਤ ਵਧੀਆ ਲੈ ਰਹੇ, ਸਭ ਕੁਛ ਹੈ ਔਰ ਕੱਦ ਘੜਾ ਉੱਚਾ ਹੋ ਰਿਹਾ, ਲੇਕਿਨ ਗੱਲ ਹੈ ਕਿ ਜਿਹੜੀ ਬਿਊਰੋਕਰੇਸੀ ਹੈ ਉਹਦੇ ਪ੍ਰਤੀ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਕਰਨ ਵਾਸਤੇ
ਜਿਹੜੀ ਅੜਿੱਕਾ ਆਉਂਦਾ ਹੈਗਾ ਤੁਸੀਂ ਇਹਨੂੰ ਕਨੈਕਟਨੈਸ ਨੂੰ ਪੂਰਾ ਮਜ਼ਬੂਤ ਕਰਨ ਵਾਸਤੇ ਤਾਂ ਕਿ ਬਿਊਰੋਕਰੇਸੀ ਹਾਵੀ ਨਾ ਰਹੇ ਜੋ ਅਕਸਰ ਆਰੋਪ ਲੱਗਦੇ ਨੇ ਜੋ ਚੰਦਾ ਤੇ ਜਿਵੇਂ ਕੁਛ ਲੋਕ ਨਹੀਂ ਰਹਿਣਾ ਅਸੀਂ ਮੈਂ 3 ਵਾਰ MC ਬਣਿਆ ਮੈਨੂੰ ਪਤਾ ਵੀ ਕਿਸ ਤਰ੍ਹਾਂ ਬਿਜਲੀ ਦੀ ਮੈਂ ਆਪ ਖੌੜੀ ਲੈ ਕੇ ਟਿਊਬਾ ਲਗਾਉਂਦਾ ਰਿਹਾ ਪਿੰਡ ਆਪਣੇ ਗਲੀਆਂ ਦੇ ਵਿੱਚ ਜਿਹੜੀ ਵਾਰਡ ਦਾ ਮੈਂ MC ਸੀ ਤੇ ਮੈਨੂੰ ਪਤਾ ਕਿ ਕਿਸ ਤਰ੍ਹਾਂ ਸਫਾਈ ਕਰਾਉਣੀ ਹੈ ਸ਼ਹਿਰ ਦੇ ਵਿੱਚ ਮੈਨੂੰ ਪਤਾ ਕਿਸ ਤਰ੍ਹਾਂ ਨਾਲੀ ਬੰਦ ਕਰਨੀ ਹੈ ਮੈਨੂੰ ਪਤਾ ਕਿ ਕਿਹੜੇ ਕਿਹੜੇ ਕੰਮ ਜ਼ਰੂਰਤ ਹੈ ਕਿਉਂਕਿ ਮੈਨੂੰ ਇਹ ਆਪ ਮੈਂ ਆਪ ਆਪਣੇ ਪਿੰਡੇ ਤੇ ਹਟਾਏ ਹੋਏ ਇਸ ਕਰਕੇ ਤੁਸੀਂ ਫਿਕਰ ਨਾ ਕਰੋ ਬਿਊਰੋਕਰੇਸੀ ਤੇ ਮੈਨੂੰ ਕੰਮ ਲੈਣਾ ਹੁੰਦਾ ਹਰ ਲਵਾਂਗੇ